ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਗੁਰਸ਼ਰਨ ਸਿੰਘ ਨਗਰ ਲਹੂਕਾ ਜ਼ਿਲ੍ਹਾ ਤਰਨ ਤਾਰਨ ਤੋਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਅੱਜ ਤੋਂ 3 ਸਾਲ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਵਾਸਤੇ ਬਰਗਾੜੀ ਵਿਖੇ ਮੋਰਚਾ 1 ਜੂਨ ਤੋਂ ਆਰੰਭਿਆ ਗਿਆ ਹੈ। ਉੱਥੇ ਵੱਡੀ ਪੱਧਰ 'ਤੇ ਸੰਤ ਮਹਾਂਪੁਰਖ ਸਾਰੇ ਧਰਮਾਂ ਦੇ ਲੋਕ ਹਾਜ਼ਰੀ ਲਵਾ ਰਹੇ ਹਨ। ਮੈਂ ਆਪਣੇ ਨਗਰ ਲਹੂਕਾ ਅਤੇ ਨਾਲ ਦੇ ਨਗਰ ਕੈਰੋਂ, ਨੱਥੂਚੱਕ, ਜੌੜਾ, ਖੱਬੇ ਅਤੇ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਇਨਸਾਫ ਮੋਰਚੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਓ, ਕਿਉਂਕਿ ਅਕਸਰ ਆਪਾਂ ਗਿਲਾ ਕਰਦੇ ਹਾਂ ਕਿ ਆਪਣੇ ਆਗੂ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਪਰ ਹੁਣ ਆਪ ਨੂੰ ਦੋ ਐਸੇ ਸੰਤ ਮਹਾਂਪੁਰਖ ਸਰਦਾਰ ਧਿਆਨ ਸਿੰਘ ਜੀ ਮੰਡ ਅਤੇ ਸਰਦਾਰ ਬਲਜੀਤ ਸਿੰਘ ਜੀ ਦਾਦੂਵਾਲ ਮਿਲੇ ਹਨ, ਜੋ ਆਪਣੀ ਉੱਚੀ ਅਤੇ ਸੱਚੀ ਸੋਚ 'ਤੇ ਪਹਿਰਾ ਦੇ ਕੇ ਅਗਵਾਈ ਕਰ ਰਹੇ ਹਨ। ਇਸ ਲਈ ਸਾਧ ਸੰਗਤ ਜੀ, ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਉਹਨਾਂ ਦੀ ਸੋਚ 'ਤੇ ਪਹਿਰਾ ਦਈਏ। ਕਹਿਣ ਨੂੰ ਤਾਂ ਸਾਧ ਸੰਗਤ ਜੀ ਬਹੁਤ ਕੁਝ ਹੈ, ਪਰ ਮੈਂ ਅਕਾਲ ਚੈਨਲ ਦੀ ਸਾਰੀ ਟੀਮ ਤੋਂ ਮਾਫ਼ੀ ਮੰਗਦਾ ਹਾਂ ਕਿ ਉਹਨਾਂ ਐਡਵਾਈਸ ਕੀਤੀ ਸੀ ਕਿ ਕਲਿੱਪ 30-40 ਸੈਕਿੰਡ ਦੀ ਹੋਣੀ ਚਾਹੀਦੀ ਹੈ। ਜੇ ਥੋੜ੍ਹਾ ਜ਼ਿਆਦਾ ਟਾਈਮ ਹੋਵੇ ਤਾਂ ਮਾਫ਼ੀ ਬਖਸ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।